ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ। ਚੋਰ ਇੱਥੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਗਿਆ। ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਪਹਿਲਾਂ ਮੱਥਾ ਟੇਕਣ ਦਾ ਬਹਾਨਾ ਕੀਤਾ, ਕਾਫੀ ਸਮਾਂ ਇਸ ਜਗ੍ਹਾ ਤੇ ਖੜਾ ਰਿਹਾ ਔਰ ਫਿਰ ਆਲਾ ਦੁਆਲਾ ਦੇਖਣ ਤੋਂ ਬਾਅਦ ਚਾਂਦੀ ਦੀ ਕਟੋਰੀ ਤੇ ਇੱਕ ਥਾਲੀ ਨੂੰ ਆਪਣੇ ਕੋਟ ਦੇ ਵਿੱਚ ਲੁਕਾ ਲਿਆ, ਫਿਰ ਬੜੇ ਹੀ ਚਲਾਕੀ ਦੇ ਨਾਲ ਇੱਥੋਂ ਫਰਾਰ ਹੋ ਗਿਆ। ਇਸ ਦਾ ਪੂਰਾ ਕਾਰਨਾਮਾ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਗੁਰੂ ਘਰਾਂ ਦੇ ਵਿੱਚ, ਕਈ ਮੰਦਿਰਾਂ ਦੇ ਵਿੱਚ ਅਜਿਹੇ ਨੌਜਵਾਨ, ਅਜਿਹੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੰਦੇ ਨੇ। ਸੋ ਇਹ ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਹੈ, ਜਿੱਥੇ ਇੱਕ ਚੋਰ ਦੇ ਵੱਲੋਂ ਮੱਥਾ ਟੇਕਣ ਦਾ ਬਹਾਨਾ ਬਣਾਇਆ ਗਿਆ, ਫਿਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਇੱਥੇ ਚਾਂਦੀ ਦੀ ਕਟੋਰੀ ਤੇ ਇੱਕ ਥਾਲੀ ਲੈ ਕੇ ਫਰਾਰ ਹੋ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ। ਚੋਰ ਇੱਥੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਗਿਆ। ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਪਹਿਲਾਂ ਮੱਥਾ ਟੇਕਣ ਦਾ ਬਹਾਨਾ ਕੀਤਾ, ਕਾਫੀ ਸਮਾਂ ਇਸ ਜਗ੍ਹਾ ਤੇ ਖੜਾ ਰਿਹਾ ਔਰ ਫਿਰ ਆਲਾ ਦੁਆਲਾ ਦੇਖਣ ਤੋਂ ਬਾਅਦ ਚਾਂਦੀ ਦੀ ਕਟੋਰੀ ਤੇ ਇੱਕ ਥਾਲੀ ਨੂੰ ਆਪਣੇ ਕੋਟ ਦੇ ਵਿੱਚ ਲੁਕਾ ਲਿਆ, ਫਿਰ ਬੜੇ ਹੀ ਚਲਾਕੀ ਦੇ ਨਾਲ ਇੱਥੋਂ ਫਰਾਰ ਹੋ ਗਿਆ। ਇਸ ਦਾ ਪੂਰਾ ਕਾਰਨਾਮਾ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਗੁਰੂ ਘਰਾਂ ਦੇ ਵਿੱਚ, ਕਈ ਮੰਦਿਰਾਂ ਦੇ ਵਿੱਚ ਅਜਿਹੇ ਨੌਜਵਾਨ, ਅਜਿਹੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੰਦੇ ਨੇ। ਸੋ ਇਹ ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਹੈ, ਜਿੱਥੇ ਇੱਕ ਚੋਰ ਦੇ ਵੱਲੋਂ ਮੱਥਾ ਟੇਕਣ ਦਾ ਬਹਾਨਾ ਬਣਾਇਆ ਗਿਆ, ਫਿਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਇੱਥੇ ਚਾਂਦੀ ਦੀ ਕਟੋਰੀ ਤੇ ਇੱਕ ਥਾਲੀ ਲੈ ਕੇ ਫਰਾਰ ਹੋ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ। ਚੋਰ ਇੱਥੋਂ ਚਾਂਦੀ ਦੀ ਕਟੋਰੀ ਤੇ ਥਾਲੀ ਲੈ ਕੇ ਫਰਾਰ ਹੋ ਗਿਆ। ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੇ ਕਿ ਪਹਿਲਾਂ ਮੱਥਾ ਟੇਕਣ ਦਾ ਬਹਾਨਾ ਕੀਤਾ, ਕਾਫੀ ਸਮਾਂ ਇਸ ਜਗ੍ਹਾ ਤੇ ਖੜਾ ਰਿਹਾ ਔਰ ਫਿਰ ਆਲਾ ਦੁਆਲਾ ਦੇਖਣ ਤੋਂ ਬਾਅਦ ਚਾਂਦੀ ਦੀ ਕਟੋਰੀ ਤੇ ਇੱਕ ਥਾਲੀ ਨੂੰ ਆਪਣੇ ਕੋਟ ਦੇ ਵਿੱਚ ਲੁਕਾ ਲਿਆ, ਫਿਰ ਬੜੇ ਹੀ ਚਲਾਕੀ ਦੇ ਨਾਲ ਇੱਥੋਂ ਫਰਾਰ ਹੋ ਗਿਆ। ਇਸ ਦਾ ਪੂਰਾ ਕਾਰਨਾਮਾ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਗੁਰੂ ਘਰਾਂ ਦੇ ਵਿੱਚ, ਕਈ ਮੰਦਿਰਾਂ ਦੇ ਵਿੱਚ ਅਜਿਹੇ ਨੌਜਵਾਨ, ਅਜਿਹੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੰਦੇ ਨੇ। ਸੋ ਇਹ ਅੰਮ੍ਰਿਤਸਰ ਦੇ ਸ਼ਿਵਾਲਾ ਗੰਗਾ ਰਾਮ ਮੰਦਿਰ ਹੈ, ਜਿੱਥੇ ਇੱਕ ਚੋਰ ਦੇ ਵੱਲੋਂ ਮੱਥਾ ਟੇਕਣ ਦਾ ਬਹਾਨਾ ਬਣਾਇਆ ਗਿਆ, ਫਿਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਇੱਥੇ ਚਾਂਦੀ ਦੀ ਕਟੋਰੀ ਤੇ ਇੱਕ ਥਾਲੀ ਲੈ ਕੇ ਫਰਾਰ ਹੋ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ।